ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਕੰਪਿਊਟਰ ਸਿੱਖਿਆ ਦੇਣ ਵਾਲੇ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੁੱਖ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕੀਤਾ ਤੇ ਤਪਦੀ ਧੁੱਪ ਦੇ ਵਿੱਚ ਸੜਕ ਦੇ ਵਿਚਕਾਰ ਬੈਠਣ ਨੂੰ ਮਜਬੂਰ ਹੋਣਾ ਪਿਆ। ਕੰਪਿਊਟਰ ਅਧਿਆਪਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੈਗੂਲਰ ਤਾਂ ਕਰ ਦਿੱਤਾ ਗਿਆ, ਪਰ ਉਹਨਾਂ ਨੂੰ ਸਰਕਾਰੀ ਅਧਿਆਪਕਾਂ ਵਾਲੀਆਂ ਸਹੂਲਤਾਂ ਹੁਣ ਤੱਕ ਨਹੀਂ ਮਿਲੀਆਂ, ਕਿਉਂਕਿ ਸਰਕਾਰ ਦੇ ਵੱਲੋਂ ਹੁਣ ਤੱਕ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਗਿਆ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਉਹਨਾਂ ਦੀਆਂ ਪੰਜਾਬ ਦੇ ਸਿੱਖਿਆ ਮੰਤਰੀ ਦੇ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਹੁਣ ਤੱਕ ਉਹਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਦੇ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਈਆਂ। ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ 11 ਦਿਨ ਤੱਕ ਦਾ ਸਮਾਂ ਦਿੱਤਾ ਕਿ ਪੰਜਾਬ ਸਰਕਾਰ 11 ਦਿਨ ਤੱਕ 6ਵਾਂ ਪੇ ਕਮਿਸ਼ਨ ਲਾਗੂ ਕਰੇ, ਨਹੀਂ ਤਾਂ ਮਜਬੂਰਨ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠਣਾ ਪਵੇਗਾ ਅਤੇ 11 ਸਤੰਬਰ ਤੋਂ ਹੀ ਮਰਨ ਵਰਤ ਤੇ ਬੈਠਣ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਕੰਪਿਊਟਰ ਟੀਚਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਪਹਿਲਾਂ ਧੂਰੀ ਦੇ ਵਿੱਚ ਇੱਕ ਰੈਲੀ ਕੱਢੀ, ਉਸ ਤੋਂ ਬਾਅਦ ਮਲੇਰਕੋਟਲਾ ਬਾਈਪਾਸ ਤੇ ਕੱਕੜਵਾਲ ਚੌਂਕ ਦੇ ਵਿੱਚ ਲੁਧਿਆਣਾ ਹਿਸਾਰ ਹਾਈਵੇ ਤੇ ਬੈਠ ਕੇ ਆਪਣਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਜੇ ਸਿੱਖਿਆ ਮੰਤਰੀ ਦੇ ਕਹਿਣ ਦੇ ਉੱਤੇ ਵੀ 6ਵਾਂ ਪੇ ਕਮਿਸ਼ਨ ਲਾਗੂ ਨਹੀਂ ਹੋ ਰਿਹਾ ਤਾਂ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਫਿਲਹਾਲ ਇਸ ਪ੍ਰਦਰਸ਼ਨ ਤੋਂ ਬਾਅਦ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰੇਗੀ ਜਾਂ ਫਿਰ ਇਸੇ ਤਰ੍ਹਾਂ ਕੰਪਿਊਟਰ ਅਧਿਆਪਕਾਂ ਨੂੰ ਪ੍ਰਦਰਸ਼ਨ ਕਰਕੇ ਮਰਨ ਵਰਤ ਤੇ ਬੈਠਣ ਨੂੰ ਮਜਬੂਰ ਹੋਣਾ ਪਵੇਗਾ। ਮਸਲਾ ਇਹ ਹੈ ਜੀ, ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਇਨਸਾਫ ਨਹੀਂ ਕਰ ਰਹੀ। ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਜਿਹੜਾ ਵੀ ਕਾਨੂੰਨ ਦੇ ਤਹਿਤ ਸਾਡੇ ਲਾਭ ਬਣਦੇ ਆ ਸਾਨੂੰ ਲਾਭ ਨਹੀਂ ਦਿੱਤੇ ਜਾ ਰਹੇ। ਸਾਨੂੰ ਰੈਗੂਲਰ ਕਰ ਦਿੱਤਾ ਗਿਆ ਪਰ ਰੈਗੂਲਰ ਵਾਲੇ ਕੋਈ ਲਾਭ ਨਹੀਂ ਮਿਲ ਰਹੇ। ਹਰਜੋਤ ਮਹਿਲ ਜੀ ਦੁਆਰਾ ਦੋ ਦਿਵਾਲੀਆਂ ਪਹਿਲਾਂ ਕਿਹਾ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਦੇ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇਗਾ, ਕੰਪਿਊਟਰ ਅਧਿਆਪਕਾਂ ਦੇ CSR ਨੂੰ ਲਾਗੂ ਕੀਤੇ ਜਾਣਗੇ। 2 ਸਾਲ ਬੀਤ ਜਾਣ ਉਪਰੰਤ ਵੀ ਹਜੇ ਤੱਕ ਲਾਗੂ ਨਹੀਂ ਕੀਤੇ ਗਏ। ਅਸੀਂ ਮੰਗ ਕੀਤ ਕਰਦੇ ਹਾਂ ਕਿ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ, ਪੰਜਾਬ ਸਿਵਲ ਸਰਵਿਸ ਨੂੰ ਲਾਗੂ ਕੀਤੇ ਜਾਣ ਅਤੇ ਲੰਬੇ ਸਮੇਂ ਤੋਂ ਸਰਕਾਰੀ ਸਕੂਲਾਂ 'ਚ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਭਾਗ ਵਿੱਚ ਮਰਜ ਕੀਤਾ ਜਾਵੇ। ਜੇਕਰ ਉਹ ਹਰਜੋਤ ਮੈਂਸ ਦੀ ਗੱਲ ਨੂੰ ਨਹੀਂ ਮੰਨਦੀ ਤੇ ਹਰਜੋਤ ਮੈਂਸ ਦੇ ਅਸਤੀਫੇ ਦੀ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਿੱਖਿਆ ਮੰਤਰੀ ਹਰਜੋਤ ਮੈਂਸ ਦਾ ਅਸਤੀਫਾ ਲਿਆ ਜਾਵੇ। ਸਾਡੀ ਇਹ ਮੰਗ ਆ ਕਿ ਜੋ ਸਾਨੂੰ ਅਪੁਆਇੰਟਮੈਂਟ ਲੈਟਰ ਦੇ ਵਿੱਚ ਲਿਖਿਆ ਹੋਇਆ ਉਹ ਹੂ ਬਹੂ ਜਿਹੜੀ ਪੰਜਾਬ ਸਰਕਾਰ ਆ ਉਹ ਲਾਗੂ ਕਰੇ। ਇਸ ਦੇ ਲਈ ਅਸੀਂ ਅੱਜ ਪ੍ਰੋਟੈਸਟ ਆ ਜਿਹੜਾ 1 ਸਤੰਬਰ ਤੋਂ ਸ਼ੁਰੂ ਕੀਤਾ। ਜੇ ਸਰਕਾਰ ਸਾਡੀਆਂ ਇਹ ਮੰਗਾਂ ਨਹੀਂ ਮੰਨਦੀ ਇਹ ਭੁੱਖ ਹੜਤਾਲ ਨੂੰ ਅਸੀਂ ਬੜੀ ਜਲਦੀ ਮਰਨ ਵਰਤ ਦੇ ਵਿੱਚ ਬਦਲਾਂਗੇ। ਇਹ ਸਰ ਅਸੀਂ 11 ਤਰੀਕ ਤੱਕ ਸਾਡੀ ਅਸੀਂ ਟਾਈਮ ਦਿੱਤਾ ਸਰਕਾਰ ਨੂੰ, ਅਗਰ 11 ਤਰੀਕ ਤੱਕ ਸਾਡੀ 11 ਤਰੀਕ ਤੱਕ ਸਾਡੀ ਭੁੱਖ ਹੜਤਾਲ ਆ, ਜੇ ਸਰਕਾਰ 11 ਤਰੀਕ ਤੱਕ ਸਾਡੇ ਮੰਗਾਂ ਨਹੀਂ ਮੰਨਦੀ ਤਾਂ ਉਸ ਤੋਂ ਬਾਅਦ ਇਹ ਮੰਗ ਜਿਹੜਾ ਹੈਗਾ ਮਰਨ ਵਰਤ ਦੇ ਵਿੱਚ ਕਨਵਰਟ ਕਰਦਾ ਹੈ। ਅੱਜ ਸਾਡਾ ਇੱਥੇ 13 ਸੰਕੇਤਕ ਤੌਰ 'ਤੇ ਅਸੀਂ ਇੱਥੇ ਬਲੌਕ ਕੀਤਾ ਜੀ ਰੋਡ ਨੂੰ। ਉਸ ਤੋਂ ਬਾਅਦ ਅਸੀਂ ਮੁੱਖ ਮੰਤਰੀ ਦਾ ਜਿਹੜਾ ਸੰਗਰੂਰ ਦਫ਼ਤਰ ਆ ਉੱਥੇ ਭੁੱਖ ਹੜਤਾਲ ਜਿਹੜੀ ਉਹ ਸ਼ੁਰੂਆਤ ਕਰਾਂਗੇ। ਇਹ ਸਰ ਅਸੀਂ ਕੰਪਿਊਟਰ ਟੀਚਰ ਹਾਂ। 2011 ਵਿੱਚ ਸਾਡਾ ਨੋਟੀਫਿਕੇਸ਼ਨ ਹੋਇਆ ਸੀ ਜਿਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਵੀ ਸਾਡੇ ਤੇ ਪੇ ਕਮਿਸ਼ਨ ਲਾਗੂ ਹੋਊਗਾ, CSR ਲਾਗੂ ਹੋਣਗੇ, ਆਮ ਮੁਲਾਜ਼ਮਾਂ ਵਾਲਾ ਇਹ ਜਿਹੜੇ ਜਿੰਨੇ ਵੀ ਲਾਭ ਆ ਉਹ ਸਾਨੂੰ ਦਿੱਤੇ ਜਾਣਗੇ। ਪਰ ਇੰਨੇ ਸਾਲ ਬੀਤਣ ਦੇ ਬਾਵਜੂਦ ਵੀ ਜਿਹੜਾ ਉਹ ਨੋਟੀਫਿਕੇਸ਼ਨ ਆ ਉਹ ਸਰਕਾਰਾਂ ਨੇ ਸਾਡੇ ਤੇ ਲਾਗੂ ਨਹੀਂ ਕੀਤਾ, ਉਸ ਸੰਬੰਧ ਦੇ ਵਿੱਚ ਇਹ ਪ੍ਰੋਟੈਸਟ ਆ। ਧੂਰੀ ਦੇ ਵਿੱਚ ਸਾਡੇ ਜਿਹੜੇ ਸਾਥੀ ਆ ਇੱਕ ਬਠਿੰਡਾ ਤੋਂ ਜੋਨੀ ਸਿੰਗਲਾ ਜੀ ਉਹ ਭੁੱਖ ਹੜਤਾਲ ਤੇ ਬੈਠ ਰਹੇ ਆ CM ਹਾਊਸ ਦੇ ਅੱਗੇ, ਤੇ ਜੇ ਸਾਡੀਆਂ ਮੰਗਾਂ ਫਿਰ ਵੀ ਨਹੀਂ ਪੂਰੀਆਂ ਹੁੰਦੀਆਂ, ਜੇ ਸਰ ਜਿਹੜਾ ਪ੍ਰਸ਼ਾਸਨ ਆ ਜਾਂ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਇਹ ਜਿਹੜਾ ਭੁੱਖ ਹੜਤਾਲ ਆ ਉਹਨੂੰ ਮਰਨ ਵਰਤ ਵਿੱਚ ਜਿਹੜੀ ਆ ਉਹ ਕਨਵਰਟ ਕਰਾਂਗੇ, ਤੇ ਫਿਰ ਸਾਡਾ ਮਰਨ ਵਰਤ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡਾ ਜਿਹੜਾ ਵਾ ਉਹ ਸਾਨੂੰ ਸਾਡੇ ਹੱਕ ਨਹੀਂ ਮਿਲ ਜਾਂਦੇ। ਬਿਲਕੁਲ।
ਮੈਂ ਨਰਿੰਦਰ ਸਿੰਘ ਕਾਲਾਬੂਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਜੀ। ਮੈਂ ਇੱਥੋਂ ਅਸੀਂ ਸ਼ਾਮਿਲ ਹੋਏ ਹਾਂ ਜੀ, ਇਹ ਧੂਰੀ ਖੜ੍ਹੇ ਹਾਂ। ਇਹ ਜਿਹੜਾ ਧੂਰੀ ਆ CM ਭਗਵੰਤ ਮਾਨ ਦਾ ਹਲਕਾ ਜੀ, ਇੱਥੇ ਇਸੇ ਤਰ੍ਹਾਂ ਵੱਖ ਵੱਖ ਮਹਿਕਮਿਆਂ ਦੇ ਕਿਵੇਂ ਸਾਡੇ ਨੌਜਵਾਨ ਨੇ, ਬੱਚੇ ਬੱਚੀਆਂ ਸਿਆਲਾਂ ਦੇ ਟਾਈਮ 'ਚ ਇੰਨੀ ਠੰਡ 'ਚ, ਅੱਜ ਕਿੰਨੀ ਗਰਮੀ ਆ, ਉਦੋਂ ਟੈਂਕੀਆਂ 'ਤੇ ਚੜ੍ਹੇ, ਅੱਜ ਮਰਨ ਵਰਤ 'ਤੇ ਬੈਠਣ ਨੂੰ ਤਿਆਰ ਨੇ, ਜਿਹੜੇ 2003 ਤੋਂ ਮੈਨੂੰ ਲੱਗਦਾ ਭਰਤੀ ਹੋਏ ਹੋਏ ਨੇ, ਸਰਕਾਰ ਇਹਨਾਂ ਨਾਲ ਕਿਵੇਂ ਬੇਰੁਖੀ ਦਾ ਉਹ ਕਰ ਰਿਹਾ। ਹਰ ਇੱਕ ਮਹਿਕਮਾ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਨੂੰ, ਕਾਰਪੋਰੇਟ ਘਰਾਣਿਆਂ ਨੂੰ ਦੇਣ ਨੂੰ ਤਿਆਰ ਬੈਠੇ ਨੇ। ਸਾਡੇ ਬੱਚੇ ਬੱਚੀਆਂ ਬੈਠੇ ਨੇ ਤਪਦੀ ਧੁੱਪ ਦੇ ਵਿੱਚ, ਜੇ ਇਹਨਾਂ ਨੂੰ ਸਹੀ ਜਿਹੜੇ ਸਰਕਾਰੀ ਜਿਹੜਾ ਪੱਤੇ ਹੁੰਦੇ ਨੇ ਸਹੀ ਮਿਲਣ, ਇਹਨਾਂ ਨੂੰ ਕੀ ਲੋੜ ਆ ਸੜਕ 'ਤੇ ਆਉਣ ਦੀ। ਇਹ ਗੱਲਾਂ ਨੂੰ ਦੇਖ ਕੇ ਸਾਡੇ ਨੌਜਵਾਨ ਇੱਥੇ ਰਹਿਣਾ ਨਹੀਂ ਚਾਹੁੰਦੇ। ਮੈਂ ਤੁਹਾਡੇ ਜ਼ਰੀਏ ਸਰਕਾਰ ਨੂੰ ਅਪੀਲ ਕਰਦੇ ਹਾਂ, ਮੁੱਖ ਮੰਤਰੀ ਭਗਵੰਤ ਮਾਨ ਨੂੰ, ਕਿ ਇੱਕ ਦਿਨ ਧੂਰੀ ਜ਼ਰੂਰ ਜਿਹੜੇ ਬਿਨਾਂ ਸਕਿਉਰਿਟੀ ਤੋਂ ਆਉਣ, ਅੱਜ ਉਹ ਕਹਿੰਦੇ ਹੁੰਦੇ ਸੀ ਕਿ ਲੀਡਰ ਮੁਰਗੀ ਖਾਨਾ ਖੋਲ੍ਹ ਲੈਣ, ਅੱਜ ਧੂਰੀ ਉਹਨਾਂ ਦਾ ਹਲਕਾ ਗਾ, ਇੱਥੇ ਬਿਨਾਂ ਸਕਿਉਰਿਟੀ ਤੋਂ 10 ਦਿਨ ਰਹਿ ਕੇ ਦੇਖਣ, ਆਮ ਲੋਕਾਂ ਬਾਰੇ ਪਤਾ ਲੱਗੂਗਾ ਕਿ ਲੋਕ ਆਮ ਕਿੰਨੇ ਕੁ ਸੁਖੀ ਹੋਏ ਨੇ ਉਹਨਾਂ ਦੇ ਮੁੱਖ ਮੰਤਰੀ ਬਣਨ ਦੇ ਨਾਲ। ਇਹੀ ਬੇਨਤੀ ਹੈ ਮੇਰੀ ਤਾਂ।